ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ, ਮੈਂ ਹਾਂ ਗੁਰਵਿੰਦਰ ਸਿੰਘ। ਵੱਡੀ ਖਬਰ ਸਾਹਮਣੇ ਆ ਰਹੀ ਹੈ, ਅੰਮ੍ਰਿਤਪਾਲ ਦੇ ਦੋ ਸਾਥੀਆਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਹਾਈ ਕੋਰਟ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਸੁਣਵਾਈ ਹੋਈ, ਜਿੱਥੇ ਸੁਣਵਾਈ ਦੌਰਾਨ ਉਹਨਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਦਰਅਸਲ ਦਲੀਲ ਦਿੱਤੀ ਗਈ ਸੀਗੀ ਪਟੀਸ਼ਨ ਕਰਤਾ ਦੇ ਵੱਲੋਂ ਕਿ ਜੋ ਅਜਨਾਲੇ ਦੇ ਵਿੱਚ 23 ਫਰਵਰੀ ਨੂੰ ਘਟਨਾ ਹੁੰਦੀ ਹੈ, 23 ਫਰਵਰੀ 2 ਵਜੇ ਘਟਨਾ ਹੁੰਦੀ ਹੈ, 24 ਫਰਵਰੀ 9:30 ਵਜੇ ਸਵੇਰੇ ਜਾ ਕੇ FIR ਦਰਜ ਹੁੰਦੀ ਹੈ, ਦੇਰੀ ਨਾਲ FIR ਦਰਜ ਹੁੰਦੀ ਹੈ, ਅਤੇ ਇਸ ਦੌਰਾਨ ਉਹ ਆਪਣੇ ਪਿੰਡ ਵਿੱਚ ਅਜਨਾਲੇ ਦੇ ਕੋਲ ਹੀ ਸੀਗੇ, ਸੋ ਇਸ ਕਰਕੇ ਉਹਨਾਂ ਦਾ ਨਾਮ ਇਸ FIR ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਜਦਕਿ ਵਕੀਲ ਦੇ ਵੱਲੋਂ ਜੋ ਦਲੀਲ ਦਿੱਤੀ ਗਈ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਫੁਟੇਜ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਤੱਕ ਵੀ ਸ਼ਾਮਲ ਨਹੀਂ ਹੈਗੀਆਂ ਸੀਗੀਆਂ। ਤੁਹਾਨੂੰ ਦੱਸ ਦਿੰਦੇ ਹਾਂ, ਨਿਆਂ ਦੇ ਸੰਬੰਧ ਦੇ ਵਿੱਚ ਦਖਲਅੰਦਾਜ਼ੀ ਕੀਤੀ ਗਈ ਹੈ, ਕੋਰਟ ਨੇ ਇਹ ਅੱਗੇ ਹੁਕਮ ਜਾਰੀ ਕੀਤੇ, ਨਾਲ ਹੀ ਇਹ ਵੀ ਦਲੀਲ ਦਿੱਤੀ ਗਈ ਕੋਰਟ ਦੇ ਵੱਲੋਂ ਕਿ ਕਾਨੂੰਨ ਨੂੰ ਭੀੜ ਦੇ ਜ਼ੋਰ 'ਤੇ ਹੱਥ ਵਿੱਚ ਲਿਆ ਗਿਆ, ਇਸ ਕਰਕੇ ਇਹ ਜ਼ਮਾਨਤ ਦੇ ਹੱਕਦਾਰ ਨਹੀਂ ਹੈਗੇ। ਤੁਹਾਨੂੰ ਦੱਸ ਦਿੰਦੇ ਕਿ ਅੰਮ੍ਰਿਤਪਾਲ ਦੇ ਸਾਥੀ ਹੋਣ ਦਾ ਇਹਨਾਂ ਵੱਲੋਂ ਦਾਅਵਾ ਕੀਤਾ ਗਿਆ, ਪੰਜਾਬ ਸਰਕਾਰ ਦੇ ਵੱਲੋਂ ਇਹ ਜਵਾਬ ਦਾਖਲ ਕੀਤਾ ਗਿਆ ਕਿ ਅੰਮ੍ਰਿਤਪਾਲ ਦੇ ਸਾਥੀ ਹੋਣ ਦਾ ਦਾਅਵਾ ਇਹਨਾਂ ਵੱਲੋਂ ਕੀਤਾ ਗਿਆ ਸੀ। ਨਾਲ ਹੀ ਇਹ ਵੀ ਗੱਲ ਕੀਤੀ ਗਈ ਕਿ ਉਜਨਾਲਾ ਦੇ ਵਿੱਚ ਮੌਜੂਦ ਸੀਗੇ ਅਤੇ ਭੜਕਾਊ ਭਾਸ਼ਣ ਇਹਨਾਂ ਦੇ ਵੱਲੋਂ ਦਿੱਤੇ ਗਏ ਸੀਗੇ, ਜਿਸ ਦੇ ਵਿੱਚ ਦਿਲਾਵਰ ਸਿੰਘ ਦੇ ਮਨੁੱਖੀ ਬੰਬ ਤੱਕ ਦੀ ਮਿਸਾਲ ਜਿਹੜੀ ਹੈ ਉਹ ਦਿੱਤੀ ਗਈ ਸੀਗੀ। ਭੁਪਿੰਦਰ ਸਿੰਘ ਅਤੇ ਨਾਲ ਹੀ ਸ਼ਿਵ ਕੁਮਾਰ ਇਹਨਾਂ ਦੋਵਾਂ ਦੀ ਜਿਹੜੀ ਜ਼ਮਾਨਤ ਪਟੀਸ਼ਨ ਸੀਗੀ ਉਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ, ਅਤੇ ਫਿਲਹਾਲ ਦੀ ਘੜੀ ਇਹਨਾਂ ਦੀ ਜ਼ਮਾਨਤ ਨਹੀਂ ਹੋ ਰਹੀ। ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਣੇ ਰਹੋ ਚੱਕਦੇ ਟੀਵੀ ਦੇ ਨਾਲ।